ਜਿਹੜੇ ਬਾਈ ਸਾਂਝੀ ਹੋਏ ਬੰਦੇ ਲਾਗੇ ਕਿੰਨੇ ਕਬੂਤਰ ਹੋ ਗਏ ਸਹੀ ਹੋਣਾ ਕਿੰਨੇ ਆ ਸਹੀ ਠੀਕ ਆ ਮੈਂ ਨਾ ਪੁੱਛੂ ਤੁਹਾਡੇ ਕੋਲ ਪੰਜ ਕਬੂਤਰ ਸਹੀ ਆ ਆਦੀ ਪਿੰਡ ਦੇ ਵਿੱਚ ਅੱਜ ਬਾਜੀ ਹੋਈ ਤੇ ਮੇਰੇ ਕਬੂਤਰ ਖਿਡਾਰੀ ਭਰਾ ਸਾਰੇ ਆਏ ਆ ਮੈਂ ਇਹਨਾਂ ਦਾ ਪਹਿਲਾਂ ਥੈਂਕ ਯੂ ਕਰਦਾ ਜਿਨ੍ਹਾਂ ਨੇ ਬਾਜੀ ਛੱਡੀ ਆ ਤੇ ਕਿੰਨੇ ਜੱਗੇ ਕਬੂਤਰ ਉੱਡੇ ਸੀ ਅੱਜ ਇੱਥੇ 52 ਕਬੂਤਰ ਉੱਡੇ ਸੀਗੇ ਇਹ ਭਰਾਵਾਂ ਦੇ ਵਿੱਚ ਅੱਜ ਅੱਠਾਂ ਦੇ ਵਿੱਚ ਸਾਂਝ ਹੋਈ ਹੈ ਨੌ ਚ ਹੋਈ ਹੈ ਤੇ ਮੈਂ ਉਹਨਾਂ ਨੂੰ ਮੁਬਾਰਕਾਂ ਦਿੰਦਾ ਪਹਿਲਾਂ ਤਾਂ ਸਾਰਿਆਂ ਨੂੰ ਜਿਹੜੇ ਭਰਾ ਜਿੱਤੇ ਆ ਤੇ ਇੱਦਾਂ ਹੀ ਤੁਸੀਂ ਹੌਸਲਾ ਕਬੂਤਰ ਬਾਈ ਦਾ ਵਧਾਉਂਦੇ ਰਹੋ ਤੇ ਇੱਦਾਂ ਹੀ ਤੁਸੀਂ ਸਾਡੀ ਗੇਮ ਨੂੰ ਤਰੱਕੀ ਦਿਓ ਕਿਉਂਕਿ ਆਪਾਂ ਗੇਮਾਂ ਦੇ ਵਿੱਚ ਇਹ ਗੇਮ ਲਿਆਉਣੀ ਹੈ ਤੇ ਲਿਆਉਣੀ ਚਾਹੁੰਦਾ ਲੈ ਕੇ ਆਉਣੀ ਤੇ ਬਾਕੀ ਮੈਂ ਤੁਹਾਨੂੰ ਦੋਨੋਂ ਜਵਾਬ ਪੁੱਛੂ ਸਵਾਲ ਤੇ ਤੁਸੀਂ ਬੇਟੇ ਸਾਂਝ ਆਏ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਬੇਟੇ ਕਾਲਾ ਸਿੰਘਿਆਂ ਤੋਂ ਤੇ ਤੁਹਾਡਾ ਨਾਮ ਕੀ ਸੋਨੀ ਸੋਨੀ ਤੇ ਕਾਲਾ ਸਿੰਘਿਆਂ ਕਬੂਤਰ ਕਰ ਦੇ ਮੈਂ ਕਰ ਦਾਂ ਅੱਜ ਤੁਹਾਨੂੰ ਕਿੱਦਾਂ ਦੀ ਬਾਜੀ ਬਹੁਤ ਵਧੀਆ ਜੀ ਸਾਫ ਹੋਇਆ ਸਾਫ ਹੈ ਇਨਸਾਫ ਮਿਲਿਆ ਸਾਰਿਆਂ ਨੂੰ ਠੀਕ ਹੈ ਜੀ ਤੁਸੀਂ ਭਾਈ ਸਾਹਿਬ ਅਸੀਂ ਕਾਲਾ ਸਿੰਘ ਸੋਨੀ ਕਾਲਾ ਸਿੰਘ ਹੈ ਤੁਸੀਂ ਵੀ ਤੇ ਬਾਜੀ ਕਿੱਦਾਂ ਦੀ ਬਹੁਤ ਵਧੀਆ ਹੋਈ ਵਧੀਆ ਹੋਈ ਕੋਈ ਵਿੱਚ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਤੁਹਾਨੂੰ ਵਧੀਆ ਲੱਗਿਆ ਤੁਸੀਂ ਭਾਈ ਸਾਹਿਬ ਕਿੱਥੋਂ ਆਏ ਮੈਂ ਬਾਜੀ ਕਿੱਦਾਂ ਲੱਗੀ ਤੁਸੀਂ ਮੈਂ ਦੇਖੀ ਤੁਹਾਡੇ ਹੱਥ ਕਾਫੀ ਸੀਗੀ ਮੈਂ ਦੇਖ ਰਿਹਾ ਥੱਲੇ ਦੇਖੀ ਆਪਣੀ ਬਾਜੀ ਤੁਹਾਨੂੰ ਗਗਨ ਸਰਾਣੇ ਵਾਲੇ ਤੁਸੀਂ ਦੱਸੋ ਤੁਹਾਡਾ ਕਿੱਦਾਂ ਦੀ ਬਾਜੀ ਲੱਗੀ ਹੈ ਬਹੁਤ ਵਧੀਆ ਹੋਈ ਹੈ ਕਿੱਦਾਂ ਕਬੂਤਰ ਉੱਡੇ ਤੇ ਬਹੁਤ ਵਧੀਆ ਉੱਡੇ ਤੇ ਅਪਲੋਡ ਵਧੀਆ ਉੱਡੇ ਤੇ ਤੁਹਾਨੂੰ ਵਧੀਆ ਲੱਗੀ ਬਾਜੀ ਪੂਰੀ ਵਧੀਆ ਓਹੋ ਤੇ ਇਹ ਮੇਰੇ ਦੋਸਤ ਪੁਰਾਣੇ ਮਿੱਤਰ ਤੇ ਇਹਨਾਂ ਨੂੰ ਵੀ ਕਹਿੰਦਾ ਤੁਸੀਂ ਵੀ ਦੱਸੋ ਕਿੱਦਾਂ ਦੀ ਬਾਜੀ ਲੱਗੀ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗੀ ਜੀ ਮੇਰਾ ਪਿੰਡ ਹੈ ਮੁਕਸਰ ਦੇ ਲਾਗੇ ਗਿਲਜੇ ਵਾਲਾ ਬਹੁਤ ਚੰਗੀ ਲੱਗੀ ਜੀ ਕਿਤੇ ਨਹੀਂ ਜਾਂ ਹੁਣ ਸਾਡਾ ਇੱਥੇ ਉੱਡ ਰਿਹਾ ਹੈਗਾ ਸਕੂਟਰ ਤੇ ਉੱਡ ਰਿਹਾ ਨਾ ਅੱਛਾ ਜੀ ਅੱਛਾ ਇਹਨਾਂ ਦਾ ਮੇਰਾ ਨਾਮ ਜਿੱਤੂ ਬਾਬਾ ਪਹਿਲੇ ਤੁਹਾਨੂੰ ਤਾਂ ਬਾਜੀ ਕਿੱਦਾਂ ਲੱਗੀ ਬਹੁਤ ਸੋਹਣੀ ਲੱਗੀ ਜੀ ਬਹੁਤ ਚੰਗੀ ਕੋਈ ਮੋਢਿਆਂ ਨੇ ਕੋਈ ਗਲਤ ਗਲਤ ਕੰਮ ਤਾਂ ਨਹੀਂ ਕੀਤਾ ਬਹੁਤ ਵਧੀਆ ਯਾਦੀ ਪਿੰਡ ਜਿਹੜੀ ਬਾਜੀ ਹੋਈ ਹੈ ਬਹੁਤ ਵਧੀਆ ਹੋਈ ਹੈ ਤੇ ਮੈਂ ਸਾਰੇ ਕਬੂਤਰ ਖਿਡਾਰੀ ਜਿੰਨੇ ਆਏ ਮੇਰੀ ਗੌਰ ਨਾਲ ਗੱਲ ਸੁਣੋ ਇਹ ਬਾਜੀ ਤੁਹਾਨੂੰ ਵਧੀਆ ਲੱਗੀ ਆ ਹਰ ਸਾਲ ਬਾਜੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਤੁਸੀਂ ਸਾਥ ਦਿੰਦੇ ਲੋ ਇੱਕ ਮੇਰੀ ਗੱਲ ਸੁਣੋ ਮੈਂ ਇੱਕ ਤੁਹਾਡੇ ਕੋਲ ਰਿਕੁਐਸਟ ਕਰਨ ਲੱਗਾ ਆਪਾਂ ਕਬੂਤਰ ਬਾਜੀ ਨੂੰ ਬੜਾਵਾ ਦੇਣਾ ਤੇ ਕਿੱਦਾਂ ਬੜਾਵਾ ਦਿੱਤਾ ਜਾਂਦਾ ਜਦੋਂ ਆਪਣਾ ਏਕਤਾ ਹੋਊਗਾ ਜਦੋਂ ਇੱਕ ਦੂਜੇ ਦੀਆਂ ਲੱਤਾਂ ਖਿੱਚਾਂਗੇ ਫਿਰ ਏਕਤਾ ਨਹੀਂ ਹੁੰਦਾ ਸਮਝ ਗਏ ਨਾ ਕਿਸੇ ਦੀਆਂ ਲੱਤਾਂ ਖਿੱਚੋ ਇੱਕ ਕਬੂਤਰ ਬਾਜੀ ਨੂੰ ਆਪਾਂ ਟੌਪ ਤੇ ਲੈ ਕੇ ਜਾਣਾ ਜਿੱਦਾਂ ਮੈਂ ਵਰਲਡ ਚੈਂਪੀਅਨ ਬਣਿਆ ਤੇ ਵਰਲਡ 'ਚ ਨਾ ਕਮਾਇਆ ਤੇ ਤੁਸੀਂ ਵੀ ਇੱਦਾਂ ਨਾ ਕਮਾਓ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਤੇ ਇੱਕ ਅੱਜ ਕੱਲ੍ਹ ਦੇਖਿਆ ਉਹਨਾਂ ਨੇ ਕਬੂਤਰ ਬਾਈ ਦਾ ਸਟੈਂਟ ਪਾਇਆ ਹੋਇਆ ਨੈਟ ਦੇ ਉੱਤੇ ਵੀ ਕਿਹੜਾ ਕਬੂਤਰ ਖਿਡਾਰੀ ਵਧੀਆ ਤੇ ਤੁਸੀਂ ਚੁਣਨਾ ਵੀ ਸਾਰਾ ਇਨਸਾਫ ਕਰਨਾ ਜਿਹਨੂੰ ਤੁਹਾਡੇ ਦਿਲ ਚ ਚਾਹੁੰਦੇ ਆ ਤੁਸੀਂ ਉਹਨੂੰ ਵੋਟਾਂ ਦੇ ਕੇ ਅੱਗੇ ਲਿਜਾਓ ਤੇ ਉਹਨੂੰ ਵੋਟਾਂ ਪਾਓ ਠੀਕ ਹੈ ਥੈਂਕ ਯੂ ਸਾਰੇ ਕਬੂਤਰ ਖਿਡਾਰੀਆਂ ਦਾ ਮੇਰੇ ਵੱਲੋਂ ਸਾਰੇ ਕਬੂਤਰ ਛੱਡ ਲੈਣਗੇ ਇਹਨੇ ਪਿੰਡ ਚ